ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਇਹ ਟ੍ਰਿਪਲ ਐਸਐਸਬੀ ਬੋਰਡ ਵੱਲੋਂ ਲਿਆ ਗਿਆ ਐਗਜ਼ਾਮ ਪੇਪਰਾਂ ਵਿੱਚੋਂ ਪੀਵੀਐਸ ਐਗਜ਼ਾਮ ਦਾ ਇੱਕ ਪੇਪਰ ਹੈ ਇਸ ਪੇਪਰ ਨੂੰ ਆਪਾਂ ਜੀ ਕਲੀਅਰ ਕਰਾਂਗੇ ਪੜ੍ਹਾਂਗੇ ਇਸਦੇ ਕੁਐਸਚਨ ਦੇਖਾਂਗੇ ਜਿਸ ਤੋਂ ਆਪਾਂ ਨੂੰ ਅੰਦਾਜ਼ਾ ਹੋ ਜਾਵੇਗਾ ਕਿ ਟ੍ਰਿਪਲ ਐਸਐਸਬੀ ਵੱਲੋਂ ਕਿਸ ਤਰ੍ਹਾਂ ਦੇ ਕੁਐਸਚਨ ਪੁੱਟ ਕੀਤੇ ਜਾਂਦੇ ਨੇ ਐਗਜ਼ਾਮ ਵਿੱਚ ਠੀਕ ਹੈ ਜਿਆਦਾ ਕੋਈ ਡਿਫਿਕਲਟੀ ਨਹੀਂ ਹੈ ਇਹ ਕੁਐਸਚਨ ਇੱਕ ਵਾਰੀ ਲਿਖ ਵੀ ਲੋ ਤੇ ਇਸ ਦੇ ਰਿਗਾਰਡਿੰਗ ਤੁਸੀਂ ਕਲਾਸਸ ਵੀ ਲੈਣਾ ਸਟਾਰਟ ਕਰ ਦਿਓ ਜਿਵੇਂ ਕਿ ਇੱਥੇ ਪਹਿਲਾ ਕੁਐਸਚਨ ਕੀ ਲਿਖਿਆ ਇਹਨਾਂ ਨੇ ਕੋਨ ਰਾਤ ਸੂਰਜ ਮੰਦਿਰ ਜਿਹੜਾ ਇਹ ਕਿੱਥੇ ਹੈ ਠੀਕ ਹੈ ਹੁਣ ਆਲ ਟੈਂਪਲਸ ਨੇ ਜਿਹੜੇ ਵੀ ਇੰਪੋਰਟੈਂਟ ਟੈਂਪਲਸ ਨੇ ਉਸ ਬਾਰੇ ਸਰਚ ਕਰਨੀ ਸਟਾਰਟ ਕਰ ਦੋ YouTube ਤੇ ਜਾਓ Google ਤੇ ਜਾਓ ਸਾਰਾ ਕੁਝ ਆਪਣੀ ਨੋਟਬੁੱਕ ਉੱਪਰ ਰਾਈਟ ਡਾਊਨ ਕਰ ਲਓ ਐਂਡ ਜੇ ਆਲ ਟੈਂਪਲ ਦੀ ਤੁਸੀਂ PDF ਫਾਈਲ ਬਾਈ ਕਰਨਾ ਚਾਹੁੰਦੇ ਹੋ ਸਿਰਫ 44 ਰੁਪੀਜ਼ ਵਿੱਚ ਤਾਂ ਇਹ ਮੇਰਾ Instagram ID ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਆਲ ਇੰਪੋਰਟੈਂਟ ਟੈਂਪਲਸ ਐਂਡ ਜਿਹੜੇ ਵੀ ਆਪਣੇ ਪੰਜਾਬ ਦੇ ਸੱਭਿਆਚਾਰਕ ਨੇ ਹਨ ਬੋਲੀ ਹੈ ਇਸ ਵਾਰੇ ਸਾਰੇ ਕੁਐਸਚਨ ਤੁਹਾਨੂੰ ਮਿਲ ਜਾਣਗੇ ਓਕੇ ਸਿਰਫ 44 ਰੁਪਏ ਵਿੱਚ ਤੇ ਇਸ ਕੁਐਸਚਨ ਪੇਪਰ ਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੇਖਦੇ ਹਾਂ ਕਿ ਇਸ ਟਾਈਪ ਦੇ ਕੁਐਸਚਨ ਇਸ ਵਿੱਚ ਪੁੱਛੇ ਗਏ ਨੇ ਸਭ ਤੋਂ ਪਹਿਲਾ ਕੁਐਸਚਨ ਕੀ ਇੱਥੇ ਪੁੱਟ ਕੀਤਾ ਇਹਨਾਂ ਨੇ ਥੋੜਾ ਇਸ ਨੂੰ ਜ਼ੂਮ ਕਰ ਲੈਣਾ ਐਂਡ ਦੋਸਤੋ ਜੇ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦੇ ਓਕੇ ਤਾਂ ਸਭ ਤੋਂ ਪਹਿਲਾ ਕੁਐਸਚਨ ਕੀ ਪੁੱਟ ਕੀਤਾ ਗਿਆ ਕੋਨਾਰਕ ਸੂਰਜ ਮੰਦਿਰ ਕਿੱਥੇ ਸਥਿਤ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਂਡ ਕਾਫੀ ਹੀ ਐਗਜ਼ਾਮਾਂ ਵਿੱਚ ਇਹ ਰਿਪੀ ਰੀਪੀਟ ਹੁੰਦਾ ਤਾਂਗਰ ਕੀ ਯਾਦ ਰੱਖੋ ਜਿਹੜਾ ਕੋਣਾਕ ਸੂਰਜ ਮੰਦਰ ਹੈ ਇਹ ਉੜੀਸਾ ਵਿੱਚ ਸਥਿਤ ਹੈ ਠੀਕ ਹੈ ਇਸ ਤੋਂ ਬਾਅਦ ਸੈਕਿੰਡ ਕੁਐਸਚਨ ਕੀ ਪੁੱਛਿਆ ਗਿਆ ਇਹ ਵੀ ਕਲਾ ਐਂਡ ਕ੍ਰਿਤੀ ਬਾਰੇ ਇੱਕ ਆਪਣਾ ਟੋਪਿਕ ਹੁੰਦਾ ਪੰਜਾਬ ਜੀਕੇ ਵਿੱਚ ਵੀ ਆਉਂਦਾ ਹੈ ਤੇ ਇੰਡੀਆ ਜੀਕੇ ਵਿੱਚ ਵੀ ਆਉਂਦਾ ਹੈ ਇਹ ਕੁਐਸਚਨ ਉਥੋਂ ਪੁੱਟ ਕੀਤਾ ਗਿਆ ਪਟ ਚਿੱਤਰ ਕਲਾ ਨੂੰ ਡੈਸ਼ ਸੌਰੀ ਮੂਲ ਹੇਟਾਂ ਦਿੱਤੀਆਂ ਵਿੱਚੋਂ ਕਿਹੜਾ ਰਾਜ ਹੈ ਮਤਲਬ ਕਿ ਇਹ ਪਟ ਚਿੱਤਰ ਕਲਾ ਹੈ ਜਿਹੜੀ ਇਹ ਕਿਹੜੀ ਰਾਜ ਦੀ ਕਲਾ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉੜੀਸਾ ਵੀ ਇਸ ਦਾ ਵੀ ਰਾਈਟ ਆਨਸਰ ਉੜੀਸਾ ਹੋਵੇਗਾ ਉੜੀਸਾ ਦੀ ਜਿਹੜੀ ਹੈ ਚਿੱਤਰ ਕਲਾ ਹੈ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਪੰਜਾਬ ਦੇ ਕਿਸ ਹਿੱਸੇ ਵਿੱਚ ਰੇਤ ਦੇ ਟਿੱਬੇ ਪਾਈ ਜਾਂਦੇ ਨੇ ਤਾਂ ਦੋਸਤੋ ਪੰਜਾਬ ਦੀ ਕੇ ਰਿਗਾਰਡਿੰਗ ਮੈਂ 17 18 ਕਲਾਸਾਂ ਤੁਹਾਨੂੰ ਥਿਊਰੀ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਆ ਉਹੋ ਦੇਖ ਲਓ ਇਹ ਸਾਰੇ ਕੁਐਸਚਨ ਤੁਹਾਡੇ ਉਸ ਉਹਨਾਂ ਕਲਾਸਾਂ ਵਿੱਚ ਕਵਰ ਹੋ ਜਾਣਗੇ ਓਕੇ ਤੇ ਆਈ ਹੋਪ ਮੈਂ ਸ਼ਾਇਦ ਇਹ ਕੁਐਸਚਨ ਵੀ ਤੁਹਾਨੂੰ ਕਵਰ ਕਰਵਾਇਆ ਹੋਇਆ ਉਹਨਾਂ ਕਲਾਸਾਂ ਦੇ ਵਿੱਚ ਜਾ ਕੇ ਵਿਜ਼ਿਟ ਕਰ ਲਿਓ ਤੇ ਜਿਹੜੀ ਰੇਤਲੀ ਟਿੱਬੇ ਨੇ ਰੇਤਲੀ ਟਿੱਬੇ ਉਹ ਮਾਲਵਾ ਏਰੀਆ ਵਿੱਚ ਮੋਸਟਲੀ ਪਾਈ ਜਾਂਦੇ ਨੇ ਠੀਕ ਹੈ ਤੇ ਮਾਲਵਾ ਏਰੀਆ ਕਿੱਧਰ ਹੈ ਆਪਣਾ ਨਾਰਥ ਸੋਰੀ ਸਾਊਥ-ਵੈਸਟ ਵੱਧਨੀ ਹੈ ਇਹ ਤਾਂ ਜਿਹੜੀ ਰੇਤਲੇ ਰੇਤ ਦੀ ਟਿੱਬੇ ਉਹ ਸਾਊਥ-ਵੈਸਟ ਵੱਲ ਜ਼ਿਆਦਾ ਪਾਈ ਜਾਂਦੇ ਨੇ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਟਰੀ ਕਿੱਥੇ ਭਾਰਤ ਦੇ ਕਿਸ ਰਾਜ ਵਿੱਚ ਹੈ ਤੇ ਇਸ ਕੁਐਸਚਨ ਵਿੱਚ ਮੈਨੂੰ ਥੋੜੀ ਜਿਹੀ ਗੜਬੜੀ ਜੀ ਲੱਗਦੀ ਹੈ ਕਿਉਂਕਿ ਸਭ ਤੋਂ ਵੱਡਾ ਜਿਹੜਾ ਪੋਲਰ ਸੋਲਰ ਦੀ ਹੈ ਉਹ ਪੰਜਾਬ ਦੇ ਲੁਧਿਆਣਾ ਵਿੱਚ ਹੈ ਤੇ অপਸ਼ਨ ਵਿੱਚ ਪੰਜਾਬ ਹੈ ਨਹੀਂ ਤੁਸੀਂ ਦੇਖ ਸਕਦੇ ਹੋ অপਸ਼ਨ ਵਿੱਚ ਪੰਜਾਬ ਨਹੀਂ ਆ ਤਾਂ ਜਦ ਤਹੇ ਇਹ ਕੁਐਸਚਨ ਕੀ ਹੋ ਸਕਦਾ ਸਭ ਤੋਂ ਵੱਡਾ ਸੋਲਰ ਪਾਰਕ ਕਿੱਥੇ ਹੈ ਪਾਰਕ ਰਾਜਸਥਾਨ ਵਿੱਚ ਹੈ ਜਿਹੜਾ ਸੋਲਰ ਪਾਰਕ ਹੈ ਤੇ ਜੇ ਸੋਲਰ ਟਰੀ ਬਾਰੇ ਪੁੱਛਿਆ ਜਾਵੇ ਤੁਹਾਨੂੰ ਨੈਕਸਟ ਇਗਜ਼ਾਮ ਵਿੱਚ ਜਿਹੜਾ ਵੀ ਤੁਸੀਂ ਨੂੰ ਫੋਰੈਸਟ ਗਾਰਡ ਦਾ ਇਗਜ਼ਾਮ ਦਿਓਗੇ ਜਾਂ ਕਲਰਕ ਦਾ ਇਗਜ਼ਾਮ ਦਿਓਗੇ ਹੈਨਾ ਜੇ ਸੋਲਰ ਟਰੀ ਬਾਰੇ ਪੁੱਛਿਆ ਜਾਵੇ ਤਾਂ ਆਪਣੇ ਪੰਜਾਬ ਦੇ ਲੁਧਿਆਣਾ ਵਿੱਚ ਦਾ ਸਭ ਤੋਂ ਵੱਡਾ ਸੋਲਰ ਟਰੀ ਤੇ ਜੇ ਪਾਰਕ ਬਾਰੇ ਪੁੱਛਿਆ ਜਾਵੇ ਤਾਂ ਰਾਜਸਥਾਨ ਵਿੱਚ ਸਭ ਤੋਂ ਵੱਡਾ ਸੋਲਰ ਪਾਰਕ ਓਕੇ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਭਾਰਤ ਅਤੇ ਡੈਸ਼ ਵਿਚਕਾਰ ਇੱਕ ਸਾਂਝਾ ਸੈਨਾ ਅਭਿਆਸ ਯੁੱਧ ਹੋਇਆ ਸੀ 2021 ਵਿੱਚ ਠੀਕ ਹੈ ਇਹ ਕਿਹੜੇ ਦੇਸ਼ ਨਾਲ ਹੋਇਆ ਸੀ ਭਾਰਤ ਦਾ ਯਾਦ ਰੱਖੋ ਯੂਐਸਏ ਨਾਲ ਹੋਇਆ ਸੀ 2021 ਵਿੱਚ ਠੀਕ ਹੈ ਤੇ ਯੁੱਧ ਅਭਿਆਸ ਕਿਉਂ ਦਾ ਦੋਸਤੋ ਆਪਣੀ ਜਿਵੇਂ ਇੰਡੀਆ ਦੀ ਸੈਨਾ ਜਦ ਕਿਸੇ ਵੀ ਕੰਟਰੀ ਦੀ ਸਨ ਆਫਸ ਵਿੱਚ ਆਪਣੇ ਜਿਹੜੇ ਵੀ ਹਥਿਆਰ ਹੁੰਦੇ ਨੇ ਹਨ ਜਿਵੇਂ ਮਿਸਾਈਲਜ਼ ਜਹਾਜ਼ ਵਗੈਰੇ ਹੁੰਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਚੈੱਕ ਕਰਨ ਵਾਸਤੇ ਇੱਕ ਵੈਸੇ ਇੱਕ ਗੇਮ ਦੀ ਤਰ੍ਹਾਂ ਹੁੰਦੀ ਹੈ ਖੇਡ ਦੀ ਤਰ੍ਹਾਂ ਇੱਕ ਯੋਧਾ ਅਭਿਆਸ ਕਰਦੇ ਨੇ ਤਾਂ ਜੋ ਇਹਨਾਂ ਦੇ ਜਿਹੜੇ ਵੀ ਔਜ਼ਾਰ ਨੇ ਹਨ ਹਥਿਆਰ ਨੇ ਉਹ ਚੱਲਦੇ ਰਹਿਣ ਵਰਨਾ ਜੀ ਇਹ ਅਭਿਆਸ ਨਹੀਂ ਕਰਨਗੇ ਤਾਂ ਉਹ ਕਦੇ ਵੀ ਉਹਨਾਂ ਨੂੰ ਜੰਗ ਲੱਗ ਸਕਦਾ ਤੇ ਕਦੇ ਵੀ ਟਾਈਮ ਤੇ ਧੋਖਾ ਦੇ ਸਕਦੇ ਨੇ ਤੋ ਦੋਸਤੋ ਜਿੰਨੇ ਬੱਚਿਆਂ ਨੂੰ ਪਤਾ ਜਿਹੜੇ ਪਹਿਲੀ ਵਾਰ ਪੇਪਰ ਦੇ ਰਹੇ ਨੇ ਉਹਨਾਂ ਨੂੰ ਉਹ ਵੀ ਦੇਖ ਲੈਣ ਕਿ ਇੱਕ ਸਾਈਡ ਆਪਾਂ ਨੂੰ ਇੰਗਲਿਸ਼ ਵਿੱਚ ਹੋਵੇਗਾ ਇੱਕ ਸਾਈਡ ਪੰਜਾਬੀ ਵਿੱਚ ਕੁਐਸਚਨ ਹੋਵੇਗਾ ਤਾਂ ਕਰਕੇ ਕਨਫਿਊਜ਼ਨ ਹੋਇਆ ਠੀਕ ਹੈ ਕਾਫੀ ਬੱਚੇ ਮੇਰੇ ਤੋਂ ਪੁੱਛ ਰਹੇ ਸੀ ਕਿ ਸਰ ਪੰਜਾਬੀ ਵਿੱਚ ਆਵੇਗਾ ਪੇਪਰ ਜਾਂ ਇੰਗਲਿਸ਼ ਵਿੱਚ ਆਵੇਗਾ ਤਾਂ ਇੱਥੇ ਦੇਖ ਲਓ ਦੋਨੇ ਲੈਂਗੁਏਜ ਵਿੱਚ ਹੀ ਪੇਪਰ ਆਵੇਗਾ ਠੀਕ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਪੰਜਾਬ ਦਾ ਅਰਥ ਦਹਸੀ ਧਰਤੀ ਹੈ ਇਹ ਇਜ਼ ਯੂ ਕੁਐਸਚਨ ਹੈ ਠੀਕ ਹੈ ਆਪਸ਼ਨ ਤੁਹਾਡੇ ਸਾਹਮਣੇ ਨੀਚੇ ਦਿੱਤੇ ਹੋਏ ਨੇ ਇਸ ਦਾ ਆਨਸਰ ਹੈ ਜਿਹੜਾ ਤੁਸੀਂ ਵੀਡੀਓ ਵਿੱਚ ਕਮੈਂਟ ਕਰ ਕਿੰਨੇ ਪੰਜਾਬ ਦਾ ਅਰਥ ਮਤਲਬ ਕੀ ਕਿੰਨੇ ਦਰਿਆਵਾਂ ਦੀ ਧਰਤੀ ਆਪਾਂ ਸਾਨੂੰ ਕਹਿੰਦੇ ਆ ਨਾਰਮਲ ਜਿਹਾ ਕੁਐਸਚਨ ਹੈ ਤੇ ਮੈਂ ਆਲਰੇਡੀ ਆਪਣੇ ਪੰਜਾਬ ਜੀਕੇ ਦੀ ਕਲਾਸਿਸ ਵਿੱਚ ਤੁਹਾਨੂੰ ਇਹ ਸਮਝਾ ਵੀ ਚੁੱਕਿਆ ਠੀਕ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਨੰਬਰ 7 ਦੀ ਗੱਲ ਕਰੀਏ ਪੰਜਾਬ ਵਿੱਚ ਕਿਹੜੀਆਂ ਦੋ ਫਸਲਾਂ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ ਇਹ ਵੀ ਇਜ਼ੀ ਕੁਐਸਚਨ ਹੈ ਦੇਖੋ ਇਸ ਤਰ੍ਹਾਂ ਦੇ ਇਜ਼ੀ ਇਜ਼ੀ ਕੁਐਸਚਨ ਵੀ ਪੁੱਛੇ ਜਾਂਦੇ ਨੇ ਤੇ ਕਈ ਕੁਐਸਚਨ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਐਗਜ਼ਾਮ ਵਿੱਚ ਜੋ ਆਪਾਂ ਪੜ੍ਹੇ ਵੀ ਨਹੀਂ ਹੁੰਦੇ ਨਾ ਹੀ ਕਿਤੋਂ ਸੁਣੇ ਹੁੰਦੇ ਨੇ ਤਾਂ ਕਰਕੇ ਸਭ ਮੋਡਰੇਟ ਪੇਪਰ ਦਿੰਦੇ ਨੇ ਇਹ ਟ੍ਰਿਪਲ ਐਸ ਐਸ ਵੀ ਤਾਂ ਅਗਿਰੇ ਸਾਰਾ ਕੁਝ ਡੀਪਲੀ ਇੱਕ ਵਾਰੀ ਜਾਣਕਾਰੀ ਐ ਥਿਊਰੀ ਦੇ ਰੂਪ ਵਿੱਚ ਪੜਨ ਦੀ ਕੋਸ਼ਿਸ਼ ਕਰੋ ਬਾਕੀ ਐਮਸੀਕਿਊ ਦੀ ਕਲਾਸਿਸ ਵੀ ਤੁਹਾਨੂੰ ਆਲਰੇਡੀ ਮੈਂ ਪ੍ਰੋਵਾਈਡ ਕਰਵਾ ਰਹੇ ਆ ਆਪਣੇ ਚੈਨਲ ਦੇ ਕੰਪਿਊਟਰ ਦੀ ਕਲਾਸਿਸ ਹੋ ਚੁੱਕੀਆਂ ਪੰਜ ਦਾ ਇਸ ਤੋਂ ਲਾਵਾ ਆਪਾਂ ਦਾ 17 18 ਪੰਜਾਬ ਜੀਕੇ ਦੀ ਗਾਣੀ ਕੰਪਲੀਟ ਕਰ ਚੁੱਕੇ ਹਾਂ ਤੇ ਸਭ ਤੋਂ ਵੱਧ ਕੇ ਖੇਤੀ ਇਹ ਵੀ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਵਿੱਚ ਵੀਟ ਤੇ ਰਾਈਸ ਕਣਕ ਤੇ ਝੋਨਾ ਦੀ ਹੁੰਦੀ ਹੈ ਤਾਂ ਆਪਸ਼ਨ ਨੰਬਰ ਏ ਜਿਹੜਾ ਟਰਾਈਟ ਆਨਸਰ ਹੈ ਠੀਕ ਹੈ ਕੁਐਸਚਨ ਨੰਬਰ 8 ਦੀ ਗੱਲ ਕਰੀਏ ਸੈਂਟਰਲ ਅਸੈਂਬਲੀ ਵਿੱਚ ਈਸ਼ਵਰ ਦੱਤ ਦੇ ਨਾਲ ਕਿਸ ਨੇ ਬੰਬ ਸੁੱਟਿਆ ਜੀ ਦੇਖੋ ਕਿੰਨਾ ਇਜ਼ੀ ਕੁਐਸਚਨ ਹੈ ਠੀਕ ਹੈ ਬੜਾ ਜਿਆ ਕੁਮਾਰ ਫਿਰਾ ਕੇ ਕਹਤਾ ਜੈਥਿਕ ਐਗਜ਼ਾਮ ਵਿੱਚ ਕੀ ਆ ਜੂਗਾ ਹੁਣ ਤੁਸੀਂ ਜਿਹੜਾ ਵੀ ਨੈਕਸਟ ਐਗਜ਼ਾਮ ਦੋਗੇ ਕੁਮਾਰ ਫਿਰਾ ਕੇ ਕੁਐਸਚਨ ਕੀ ਆ ਜਾਏਗਾ ਇੱਥੇ ਲਿਖਾ ਹੋਗਾ ਕਿ ਆਪਣੇ ਭਗਤ ਸਿੰਘ ਦੇ ਨਾਲ ਕਿਸ ਨੇ ਬੰਬ ਸੱਟਿਆ ਸੀ ਤਾਂ ਉਹਦਾ ਆਨਸਰ ਕੀ ਹੋਵੇਗਾ ਬਟੁਕੇਸ਼ਵਰਦਤ ਹੁਣ ਇਸ ਦਾ ਆਨਸਰ ਕੀ ਹੋਵੇਗਾ ਭਗਤ ਸਿੰਘ ਭਗਤ ਸਿੰਘ ਤੇ ਬਟੁਕੇਸ਼ਵਰਦਤ ਸੀ ਜਦੋਂ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ ਠੀਕ ਹੈ ਤੇ ਹੁਣ ਨੈਕਸਟ ਕੁਐਸਚਨ ਦੀ ਗੱਲ ਕਰੀਏ ਨੈਕਸਟ ਕੁਐਸਚਨ ਕੀ ਕਹਿੰਦਾ ਇਹ ਕੁਐਸਚਨ ਨੰਬਰ 9 ਦੀ ਗੱਲ ਕਰੀਏ ਕਿਸ ਸਿੱਖ ਗੁਰੂ ਨੇ ਅਨੰਦ ਕਾਰਜ ਸ਼ੁਰੂ ਕੀਤੇ ਜੋ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਆਹ ਰਸਮ ਸੀ ਇਹ ਵੀ ਪੰਜਾਬ ਜੀਕੇ ਵਿੱਚ ਸਿੱਖ ਗੁਰੂ ਹਿਸਟਰੀ ਸਰਚ ਕਰੋਗੇ ਨਾ ਤੁਸੀਂ ਸਿੱਖ ਗੁਰੂ ਹਿਸਟਰੀ ਬਾਈ ਮੰਨੂ ਮੋੜ ਕਾਫੀ ਕੁਐਸਚਨਸ ਤੁਹਾਨੂੰ ਮਿਲ ਜਾਣਗੇ ਉਸ ਵਿੱਚ ਦੇਖੋ ਇਹ ਕੁਐਸਚਨ ਮੈਂ ਆਲਰੇਡੀ ਕਵਰ ਕੀਤਾ ਹੋਇਆ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਊਗਾ ਅਨੰਦ ਕਾਰਜ ਜਿਹੜੇ ਸ਼ੁਰੂ ਕੀਤੇ ਸੀ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਇੱਥੇ ਕੀ ਸੀ ਓਕੇ ਇਸ ਨਾਲ ਕੁਐਸਚਨ ਨੰਬਰ 10 ਦੀ ਗੱਲ ਕਰੀਏ ਸਾਲ ਦੀ ਜ਼ਰੂਰਤ ਅਨੁਸਾਰ ਮਿੱਟੀ ਨੂੰ ਲੋੜੀਂਦੀ ਡੂੰਘਾਈ ਤੱਕ ਢਿੱਲਿਆ ਤੇ ਮੂਸਾਦਾਰ ਮੂਸਮਦਾਰ ਸੋਰੀ ਬਣਾਉਣ ਲਈ ਸਭ ਤੋਂ ਮੂਲ ਕੰਮ ਕੀ ਹੈ ਤਾਂ ਕਲਾਉਡਿੰਗ ਪ੍ਰੋਸੈਸ ਹੁੰਦਾ ਹੈ ਕਿ ਮਿੱਟੀ ਦੀ ਸੈਟਿੰਗ ਕਰਨ ਵਾਸਤੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਏ ਹੋ ਜਾਵੇਗਾ ਠੀਕ ਹੈ ਕੁਐਸਚਨ ਨੰਬਰ 11 ਦੀ ਗੱਲ ਕਰੀਏ ਡੈਸ਼ ਸਿੱਕਾਂ ਦੀ ਪਛਾਣ ਜਾਂ ਬੱਕਰੀ ਪਛਾਣ ਖਾਲਸੇ ਦੀ ਜਨਮ ਭੂਮੀ ਹੈ ਤਾਂ ਕਿਹੜੀ ਹੈ ਮਤਲਬ ਕਿ ਕਿਹੜਾ ਏਰੀਆ ਮਤਲਬ ਕਿਹੜਾ ਸ਼ਹਿਰ ਹੈ ਉਹ ਹੈ ਨਾ ਜਿੱਥੇ ਸਿੱਕਾ ਨੂੰ ਪਛਾਣ ਮਿਲੀ ਸੀ ਅਤੇ ਖਾਲਸੇ ਦਾ ਜਨਮ ਹੋਇਆ ਸੀ ਤਾਂ ਯਾਦ ਰੱਖੋ ਕਨਫਿਊਜ਼ ਨਾ ਹੋਵੇ ਆਪਸ਼ਨ ਨੰਬਰ ਡੀ ਤਖਤ ਕੇਸਗੜ ਸਾਹਿਬ 메ਨ ਜਿੱਥੇ ਖਾਲਸੇ ਦਾ ਜਨਮ ਹੋਇਆ ਸੀ ਠੀਕ ਹੈ ਐਂਡ ਕੁਐਸਚਨ ਨੰਬਰ 12 ਦੀ ਗੱਲ ਕਰੀਏ ਪੰਜਾਬ ਦਾ ਕਿਹੜਾ ਤਿਉਹਾਰ ਖਾਸ ਲੱਕੜਾਂ ਦੀ ਅੱਗ ਬਾਲ ਕੇ ਬਣਾਇਆ ਜਾਂਦਾ ਹੈ ਦੇਖ ਲਓ ਇੰਨਾ ਈਜ਼ੀ ਕੁਐਸਚਨ ਹੈ ਓਬਵੀਅਸ ਤੁਹਾਨੂੰ ਇਸ ਦਾ ਆਨਸਰ ਪਤਾ ਹੋਵੇਗਾ ਕਿਹੜਾ ਤਿਉਹਾਰ ਬਣਾਇਆ ਜਾਂਦਾ ਪੰਜਾਬੀ ਵਿੱਚ ਜਿੱਥੇ ਜਦੋਂ ਆਪਾਂ ਲੱਕੜਾਂ ਬਾਲਦੇ ਆ ਜੇ ਪਤਾ ਹੈ ਤਾਂ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਓ ਓਕੇ ਐਂਡ ਹੁਣ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤੇ ਇਹਨਾਂ ਵਿੱਚੋਂ ਕਿਹੜੀ ਵੀ ਬਿਮਾਰੀ ਹੈ ਜੋ ਉੱਲੀ ਯਾਨੀ ਐਲਗੀ ਦੇ ਕਾਰਨ ਹੁੰਦੀ ਹੈ ਦੇਖੋ ਉੱਲੀ ਦੀਆਂ ਬਿਮਾਰੀਆਂ ਹਿਊਮਨ ਬੋਡੀ ਤੇ ਸਿਰਫ ਸਕਿਨ ਦੀ ਬਿਮਾਰੀ ਕ੍ਰੀਏਟ ਕਰਦੀਆਂ ਤੇ ਸਕਿਨ ਇਹਨਾਂ ਆਪਸ਼ਨ ਵਿੱਚੋਂ ਕਿਹੜੀ ਸਕਿਨ ਦੀ ਬਿਮਾਰੀ ਹੈ ਇਹ ਵੀ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਦਾਤ ਜਿਹੜੀ ਦਾਤ ਦੀ ਬਿਮਾਰੀ ਹੈ ਇਹ ਉੱਲੀ ਦੇ ਕਾਰਨ ਹੋ ਜਾਂਦੀ ਹੈ ਓਕੇ ਹੁਣ ਆਪਾਂ ਨੈਕਸਟ ਦੀ ਗੱਲ ਕਰੀਏ ਪ੍ਰਕਾਸ਼ ਪਕਾਜ਼ ਦੇ ਅਪਤਨ ਨਿਯਮ ਵਿੱਚ ਆਪੱਤੀ ਕੋਣ ਨੂੰ ਕੋਣ ਡੈਸ਼ ਦੇ ਬਰਾਬਰ ਹੁੰਦਾ ਹੈ ਤਾਂ ਪ੍ਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਸਿਹਤ ਕਲੱਬ ਅੰਜੂਮਨੇ ਪੰਜਾਬ ਦੀ ਸਥਾਪਨਾ ਕਿਸ ਦੌਰਾਨ ਕੀਤੀ ਗਈ ਸੀ ਤੇ ਯਾਦ ਰੱਖੋ ਡਾਕਟਰ ਗੋਟਲਿਵ ਵਿਲੀਅਮ ਲੇਟਰਨਰ ਦੁਆਰਾ ਹੀ ਅੰਜੂਮਨੇ ਪੰਜਾਬ ਦੀ ਸਥਾਪਨਾ ਕੀਤੀ ਗਈ ਸੀ ਓਕੇ ਕੁਐਸਚਨ ਨੰਬਰ 17 ਦੀ ਗੱਲ ਕਰੀਏ ਔਰਤਾਂ ਦੁਆਰਾ ਕੀਤਾ ਜਾਣ ਵਾਲਾ ਕਿਹੜਾ ਪੰਜਾਬੀ ਲੋਕ ਨਾਚ ਹੈ ਜਿਹੜਾ ਬਹੁਤ ਮਸ਼ਹੂਰ ਹੈ ਠੀਕ ਹੈ ਤਾਂ ਸਭ ਨੂੰ ਪਤਾ ਗਿੱਧਾ ਹੈ ਜਿਹੜਾ ਪੰਜਾਬ ਦੀ ਔਰਤਾਂ ਦਾ ਮੇਨ ਲੋਕਨਾਚ ਹੈ ਜਿਵੇਂ ਕਿ ਪੰਗੜਾ ਮਸ਼ਹੂਰ ਹੈ ਮੇਲਸ ਵਿੱਚ ਉਵੇਂ ਹੀ ਫੀਮੇਲ ਵਿੱਚ ਗਿੱਧਾ ਮਸ਼ਹੂਰ ਹੈ ਤੇ ਇਹ ਲੋਕਨਾਚ ਬਾਰੇ ਵੀ ਦੋਸਤੋ ਆਲਰੇਡੀ ਮੇਰੇ ਕੋਲ ਵੀਡੀਓ ਪੀਡੀਐਫ ਸੋਰੀ ਪੀਡੀਐਫ ਰੈਡੀ ਪਈ ਹੈ ਸਿਰਫ 44 ਪੇਜ ਵਿੱਚ ਤੁਹਾਨੂੰ ਕੀ ਹੈ ਇੰਪੋਰਟੈਂਟ ਟੈਂਪਲਸ ਜਿਹੜੇ ਵੀ ਆਪਣੇ ਇੰਡੀਆ ਦੇ ਨੇ ਹੈ ਨਾ ਉਹਨਾਂ ਦਾ ਮਟੀਰੀਅਲ ਮਿਲ ਜੂ ਤੇ ਜਿਹੜੇ ਵੀ ਲੋਕਨਾਚ ਨੇ ਇਹ ਜਿਹੜੇ ਵੀ ਮਤਲਬ ਕਿ ਆਪਣੀ ਪੁਰਾਣੀਆਂ ਸੰਸਕ੍ਰਿਤੀਆਂ ਦੇ ਜਿਹੜੇ ਵੀ ਕੁਐਸਚਨ ਐਗਜ਼ਾਮ ਵਿੱਚ ਵਰਦੇ ਨੇ ਉਹ ਸਾਰੇ ਲਗਭਗ ਕੰਪਲੀਟਡ ਪੀਡੀਐਫ ਦੇ ਰੂਪ ਵਿੱਚ ਸੇਵ ਨੇ ਜੇ ਤੁਸੀਂ ਬਾਇ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਬਾਇ ਕਰ ਸਕਦੇ ਹੋ ਕਿ ਇੰਸਟਾਗ੍ਰam ਤੇ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਬਾਇ ਕਰ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਹੇਟ ਦਿੱਤੀਆਂ ਵਿੱਚੋਂ ਕਿਹੜੀ ریاست 1947 ਦੀ ਵੰਡ ਤੋਂ ਬਾਅਦ ਭਾਰਤ ਦਾ ਹਿੱਸਾ ਨਹੀਂ ਰਹੀ ਦੇਖੋ ਕਿਹੜੀ ਪਟਿਆਲਾ ਆਲਰੇਡੀ ਹੈ ਠੀਕ ਹੈ ਕਪੂਰਥਲਾ ਵੀ ਹੈ ਫਰੀਦਕੋਟ ਵੀ ਹੈ ਤਾਂ ਰਹੀ ਕਿਹੜੀ ਨਹੀਂ ਬਾਵਲਪੁਰ ਠੀਕ ਹੈ ਇਹ ਬਾਵਲਪੁਰ ਪਾਕਿਸਤਾਨ ਵਿੱਚ ਚਲੀ ਗਈ ਹੈ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ 1 ਜਨਵਰੀ ਡੈਸ਼ ਨੂੰ ਉਪਰੀ ਸਦਨ ਅਰਥਾਤ ਆਪਣੇ ਲੈਜਿਸਲੇਟਿਵ ਕੌਂਸਲ ਉਹ ਪੰਜਾਬ ਜਿਹੜੀ ਕਿ ਉਹ ਬਰਖਾਸਤ ਯਾਨੀ ਖਤਮ ਕਰ ਦਿੱਤੀ ਸੀ ਤਾਂ ਕਿਹੜੇ ਇਅਰ ਵਿੱਚ ਕੀਤੀ ਸੀ ਉਹ ਆਪਸ਼ਨ ਨੰਬਰ ਈ 1970 1 ਜਨਵਰੀ 1973 ਦੇ ਵਿੱਚ ਜਿਹੜੀ ਆਪਣੀ ਲੈਜਿਸਲੇਟਿਵ ਕੌਂਸਲ ਸੀ ਉਹ ਅਬੋਲਿਸ਼ਡ ਕਰ ਦਿੱਤੀ ਗਈ ਸੀ ਪਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਪੰਜਾਬ ਵਿੱਚ ਸਾਲਾਨਾ ਤਿੰਨ ਰੋਜਾ ਸਹੀਦੀ ਜੋੜ ਮੇਲਾ ਕਿੱਥੇ ਆਯੋਜਿਤ ਹੁੰਦਾ ਹੈ ਤਾਂ ਜਿਹੜਾ ਸਹੀਦੀ ਜੋੜ ਮੇਲਾ ਹੈ ਉਹ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਆਰਟੀਸ਼ੀਅਨ ਮਿਊਜ਼ੀਅਮ ਪੰਜਾਬ ਵਿੱਚ ਕਿੱਥੇ ਹੈ ਪਾਰਟੀਸ਼ਨ ਮਤਲਬ ਕਿ ਜਦੋਂ ਆਪਣਾ ਪੰਜਾਬ ਅਲੱਗ ਹੋਇਆ ਸੀ ਤਾਂ ਇਜ਼ੀਲੀ ਆਪਾਂ ਨੂੰ ਹੈਨਾ ਇਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਮਿਊਜ਼ੀਅਮ ਕਿੱਥੇ ਹੈ ਅੰਮ੍ਰਿਤਸਰ ਵਿੱਚ ਹੈ ਕਿਉਂਕਿ ਅੰਮ੍ਰਿਤਸਰ ਕਿੱਥੇ ਹੈ ਪਾਕਿਸਤਾਨ ਦੀ ਨੀੜੇ ਹੈ ਠੀਕ ਹੈ ਬਾਗਾ ਪਾウダー ਤੋਂ ਲਗਾ ਲਓ ਉੱਥੇ ਮਿਊਜ਼ੀਅਮ ਇਹ ਰੈਡੀ ਕੀਤਾ ਹੋਇਆ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 22 ਦੀ ਗੱਲ ਕਰੀਏ ਮਸਹੂਰ ਗੀਤ ਜੈ ਹੋ ਇਹਨਾਂ ਵਿੱਚੋਂ ਕਿਸ ਪੰਜਾਬੀ ਗਾਇਕ ਨੇ ਗਾਇਆ ਹੈ ਤਾਂ ਇਹ ਸੁਖਵਿੰਦਰ ਸਿੰਘ ਦੁਆਰਾ ਗਾਇਆ ਹੋਇਆ ਸੀ ਇਹ ਇਕਲੋਤੀ ਮੂਵੀ ਸੀ ਇਸ ਦਾ ਆਈ ਥਿੰਕ ਨਾਮ ਸੀ ਮਿਲੀਨਰ ਸਲਮ ਡੌਗ ਮਿਲੀਨਰ ਇਸ ਨੇ ਓਸਕਾਰ ਅਵਾਰਡ ਜਿੱਤਿਆ ਸੀ ਠੀਕ ਹੈ ਇੰਡੀਆ ਦੀ ਇਕਲੋਤੀ ਮੂਵੀ ਸੀ ਪਿਛਲੇ ਸਾਲ ਆਈ ਥਿੰਕ ਪਿਛਲੇ 20 ਬੀਤੀ ਸਾਲਾਂ ਤੋਂ ਸਿਰਫ ਇੱਕ ਹੀ ਮੂਵੀ ਨੇ ਜਿਹੜਾ ਓਸਕਾਰ ਅਵਾਰਡ ਜਿੱਤਿਆ ਸੀ ਜਿੱਤਿਆ ਸੀ ਪੱਤਾ ਨਾ ਜਿੱਤਿਆ ਸੀ ਵੀਰੇ ਜਿੱਤਿਆ ਸੀ ਠੀਕ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 23 ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਕਿਹੜੀ ਸਕੀਮ ਬੇਰੋਜ਼ਗਾਰ ਵਿਅਕਤੀ ਨੂੰ ਸਵੈ ਰੋਜ਼ਗਾਰ ਦੇ ਲਈ ਤਿੰਨ ਜਾਂ ਚਾਰ ਪਹੀਆ ਵਾਹਨ ਨੂੰ ਖਰੀਦ ਕੇ ਸਬਸਿਡੀ ਦਿੰਦੀ ਹੈ ਤਾਂ ਇਸ ਸਕੀਮ ਦਾ ਨਾਮ ਸੀ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮ ਓਕੇ ਤੇ ਸਕੀਮ ਬਾਰੇ ਵੀ ਨੈਕਸਟ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਾਵਾਂਗਾ ਕਾਫੀ ਇੰਪੋਰਟੈਂਟ ਹੈ ਕਿ ਇਹ ਦੋ ਕੁਐਸਚਨ ਪੱਕਾ ਐਗਜ਼ਾਮ ਵਿੱਚ ਬਣਦਾ ਹੈ ਫਿਕਰ ਨਾ ਕਰੋ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਥਰੂ ਕਰ ਦਿਓ ਇਸੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਪੰਜਾਬ ਦੀ ਸੀਮਾ ਕਿਸ ਦੇਸ਼ ਨਾਲ ਲੱਗਦੀ ਹੈ ਦੁੱਖੋ ਦੋਸਤਾਂ ਇਸੇ ਕਨਫਿਊਜ਼ ਹੋਵੇ ਮੈਂ ਵੀ ਕਨਫਿਊਜ਼ ਹੋ ਗਿਆ ਸੀ ਮਖਾ ਤੇ ਪੰਜਾਬ ਦੀ ਸੀਮਾ ਪੁੱਛੀ ਗਈ ਹੈ ਨਾ ਕਿ ਭਾਰਤ ਦੀ ਇੱਥੇ ਠੀਕ ਹੈ ਤਾਂ ਆਪਣੇ ਪੰਜਾਬ ਦੀ ਸੀਮਾ ਸਿਰਫ ਪਾਕਿਸਤਾਨ ਦੇਸ਼ ਨਾਲ ਲੱਗਦੀ ਹੈ ਜੇ ਸਾਲ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ਦੀ ਆਬਾਦੀ ਦੇ ਪ੍ਰਤੀਸ਼ਤ ਕਿੰਨੀ ਹੈ ਮਤਲਬ ਕਿ ਆਬਾਦੀ ਵਾਧੇ ਦੀ ਪ੍ਰਤੀਸ਼ਤ ਕਿੰਨੀ ਵਧੀ ਹੈ 2011 ਤੋਂ ਬਾਅਦ ਠੀਕ ਸਹੀ ਅਨਸਰ ਹੋਵੇਗਾ ਉਹ ਆਪਸ਼ਨ ਨੰਬਰ A 13.89% ਗਰੋਥ ਹੋਈ ਹੈ ਓਕੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਦੇਸ਼ ਵਿੱਚ ਸਿੱਖ ਆਬਾਦੀ ਸਭ ਤੋਂ ਜ਼ਿਆਦਾ ਹੈ ਤਾਂ ਇਹ ਨਾਰਮਲ ਜਿਹਾ ਕੁਐਸਚਨ ਹੈ ਕਿਉਂਕਿ ਆਪਣੇ ਪੰਜਾਬ ਦੇ ਜਿਹੜੇ ਵੀ ਨੇ ਉਹ ਸਾਰੇ ਕੈਨੇਡਾ ਨੂੰ ਭੱਜਦੇ ਨੇ ਤਾਂ ਕੈਨੇਡਾ ਵਿੱਚ ਹੀ ਸਿੱਖ ਆਬਾਦੀ ਸਭ ਤੋਂ ਜ਼ਿਆਦਾ ਹੈ ਮਤਲਬ ਅਦਰ ਕੰਟਰੀ ਵਿੱਚ ਕੁਐਸਚਨ ਨੰਬਰ 27 ਦੀ ਗੱਲ ਕਰੀਏ ਇਹਨਾਂ ਵਿੱਚੋਂ ਕਿਸ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਕੋਈ ਬਿੱਲ ਹੈ ਇਹ ਧਨ ਬਿੱਲ ਹੈ ਜਾਂ ਨਹੀਂ ਤਾਂ ਨਾਰਮਲ ਜੀ ਗੱਲ ਹੈ ਵੀ ਸਪੀਕਰ ਦੁਆਰਾ ਹੀ ਜਿਹੜਾ ਇਹ ਪਰਮਾਣਿਤ ਕੀਤਾ ਜਾਂਦਾ ਹੈ ਕਿ ਇਹ ਬਿੱਲ ਹੈ ਜਾਂ ਧਨ ਬਿੱਲ ਹੈ ਮਨੀ ਬਿੱਲ ਹੈ ਜਾਂ ਨਹੀਂ ਹੈ ਓਕੇ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੀ ਗੱਲ ਕਰੀਏ ਡੈਸ਼ ਪਰਤ ਇੱਕ ਅਧਿਕ ਢਾਲ ਵੱਜੋਂ ਕੰਮ ਕਰਦੀ ਹੈ ਅਤੇ ਸਾਨੂੰ ਸੂਰਜ ਤੋਂ ਆ ਰਹੀ ਹਾਨੀਕਾਰਕ ਪ੍ਰਾਵੰਗਣੀ ਕਿੰਨਾ ਤੋਂ ਬਚਾਉਂਦੀ ਹੈ ਤਾਂ ਨਾਰਮਲ ਜਿਆ ਕੁਐਸਚਨ ਇੰਨਾ ਈਜ਼ੀ ਕੁਐਸਚਨ ਹੈ ਤਾਂ ਉਹ ਕਿਹੜੀ ਪਰਤ ਹੈ ਉਜੋਣ ਪਰਤ ਹੈ ਯਾਦ ਰੱਖੋ ਉਜੋਨ ਪਰਤ ਆਪਾ ਨੂੰ ਹਾਨिकारक ਕਿਰਨਾਂ ਤੋਂ ਬਦਲ ਕੇ ਜਿਹੜੇ ਵੀ ਸੂਰਜ ਤੋਂ ਜ਼ਿਆਦਾ ਤੇਜ਼ ਕਿਰਨਾਂ ਆ ਰਹੀਆਂ ਜਾਂ ਜ਼ਿਆਦਾ ਗਰਮੈਸ ਵਾਲੀ ਕਿਰਨਾਂ ਆ ਰਹੀਆਂ ਉਸ ਨੂੰ ਰੋਕ ਲੈਂਦੀਆਂ ਐਂਡ ਮੇਨ ਮੇਨ ਜਿਹੜੀ ਯੂਸਫੁਲ ਹੈ ਇਨਸਾਨ ਲਈ ਉਹ ਅੰਦਰ ਦਾਖਿਲ ਹੋਣ ਦੇ ਦਿੰਦੀਆਂ ਆਪਣੇ ਐਟਮੋਸਫੇਅਰ ਦੇ ਓਕੇ 8 ਲੀਕਾ ਵਿੱਚੋਂ ਭਾਰਤੀ ਸੰਵਿਧਾਨ ਦੇ ਕਿਸ ਅਨੁਸ਼ੇਦ ਦੇ ਤਹਿਤ ਸੁਪਰੀਮ ਕੋਰਟ ਕੋਲ ਨਾਗਰਿਕ ਦੇ ਮੌਲਿਕ ਅਧਿਕਾਰ ਨੂੰ ਲਾਗੂ ਕਰਨ ਲਈ ਇੱਕ ਰਿਟ ਜਾਰੀ ਕਰਨ ਦਾ ਅਧਿਕਾਰ ਹੈ ਅਜਿਹਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਆਰਟੀਕਲ 32 ਆਰਟੀਕਲ 32 ਵਿੱਚ ਕੀ ਹੈ ਭਾਰਤੀ ਸੰਵਿਧਾਨ ਦੇ ਕਿਸੇ ਵੀ ਮਤਲਬ ਕਿ ਸੁਪਰੀਮ ਕੋਰਟ ਕੋਲੇ ਅਧਿਕਾਰ ਹੁੰਦਾ ਹੈ ਕਿ ਨਾਗਰਿਕ ਦਾ ਅਧਿਕਾਰ ਹੁੰਦਾ ਹੈ ਕਿ ਸੁਪਰੀਮ ਕੋਰਟ ਕੋਲੇ ਜਾ ਕੇ ਰਿਟ ਫਾਇਰ ਕਰ ਸਕਦਾ ਹੈ ਫਾਈਲ ਕਰ ਸਕਦਾ ਹੈ ਠੀਕ ਹੈ ਇਸ ਬਦ ਕੁਐਸਚਨ ਨੰਬਰ 30 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਦੇ ਹੇਟਾਂ ਦਿੱਤਿਆਂ ਵਿੱਚ ਕਿਹੜੇ ਅਨੁਸ਼ੇਦ ਵਿੱਚ ਰਾਜ ਨੂੰ ಗ್ರಾಮ ਪੰਚਾਇਤ ਨੂੰ ਗਠਿਤ ਕਰਨ ਅਤੇ ਉਹਨਾਂ ਦੀ ਸ਼ਕਤੀ ਦੇਣ ਦਾ ਨਿਰਦੇਸ਼ ਦਿੰਦਾ ਤਾਂ ਜਿਹੜਾ ਜਿਹੜਾ ਰਾਈਟ ਆਨਸਰ ਹੋਵੇਗਾ অপਸ਼ਨ ਨੰਬਰ ਡੀ ਆਰਟੀਕਲ 40 ਓਕੇ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ ਜਦੋਂ ਡਰੋ ਨਾ ਹੁਣ ਜਿਹੜੇ ਜਿਹੜੇ ਕੁਐਸਚਨ ਆਪਾਂ ਦੇਖਿਆ ਇਸ ਵਿੱਚ ਐਗਜ਼ਾਮ ਵਿੱਚ ਇਸ ਟੌਪਿਕ ਦੇ ਰਿਗਾਰਡਿੰਗ ਹੀ ਆਪਾਂ ਸਰਚ ਕਰਨੇ ਨੇ ਠੀਕ ਹੈ ਬਾਕੀ ਸਿਲੇਬਸ ਦੇਖ ਲਓ ਸਿਲੇਬਸ ਵਿੱਚ ਜਿਹੜੇ ਵੀ ਕੁਐਸਚਨ ਆਪਣੇ ਆਉਂਦੇ ਨੇ ਉਹਨਾਂ ਨੂੰ ਰਾਈਟ ਡਾਊਨ ਕਰ ਲਓ ਤੇ ਉਹੀ ਸਿਲੇਬਸ ਦੇ ਟੌਪਿਕਸ ਸਰਚ ਕਰੋ ਜਿੰਨੀ ਇਨਫੋਰਮੇਸ਼ਨ ਕਲੈਕਟ ਕਰ ਸਕਦੇ ਹੋ ਇਨਫੋਰਮੇਸ਼ਨ ਕਲੈਕਟ ਕਰੋ ਐਂਡ ਰਾਈਟ ਡਾਊਨ ਜ਼ਰੂਰ ਕਰ ਲਓ ਓਕੇ ਬਾਕੀ ਕੁਐਸਚਨ ਹੋਰ ਬਹੁਤ ਨੇ ਇਹ ਆਪਾਂ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ ਕਿਉਂਕਿ ਆਲਰੇਡੀ ਇਹ ਵੀਡੀਓ ਕਾਫੀ ਲੰਬੀ ਹੋ ਚੁੱਕੀ ਹੈ ਉਦੋਂ ਤੱਕ ਕਰਨਾ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਦੀ ਵੀਡੀਓ ਨੂੰ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਲਓ ਓਕੇ